ਸੋ ਜੇ ਅਸੀਂ ਵਿਜ਼ਟਰ ਵੀਜ਼ੇ ਤੇ ਕੈਨੇਡਾ ਆਉਂਦੇ ਹਾਂ ਤੇ ਜਿਹੜਾ ਅਸੀਂ ਆਪਣਾ ਵਿਜ਼ਟਰ ਵੀਜ਼ਾ ਹੈ ਉਹ ਵਰਕ ਪਰਮਿਟ ਦੇ ਵਿੱਚ ਆ ਜਿਹੜਾ ਕਿੱਦਾਂ ਕਨਵਰਟ ਕਰਾ ਸਕਦੇ ਹਾਂ। ਤੇ ਦੋਸਤੋ ਜੇ ਅਸੀਂ ਗੱਲ ਕਰੀਏ ਵਿਜ਼ਟਰ ਵੀਜ਼ੇ ਤੇ ਕਨਵਰਟ ਕਰਾਉਣ ਦੀ ਗੱਲ ਵਰਕ ਪਰਮਿਟ ਦੇ ਵਿੱਚ, ਤਾਂ ਇੱਥੇ ਆ ਕੇ ਬਹੁਤ ਹੀ ਸੌਖਾ ਤਰੀਕਾ ਹੈ, ਕੋਈ ਵੀ ਘਬਰਾਉਣ ਦੀ ਲੋੜ ਨਹੀਂ ਹੁੰਦੀ। ਤੁਸੀਂ ਈਜ਼ੀਲੀ ਜਿਹੜਾ ਆ ਆਪਣਾ ਵਿਜ਼ਟ ਵੀਜ਼ੇ ਟੂ ਵਰਕ ਪਰਮਿਟ ਜਿਹੜਾ ਆ ਈਜ਼ੀਲੀ ਕਨਵਰਟ ਕਰਾ ਸਕਦੇ ਹਾਂ। ਤੁਹਾਨੂੰ ਮੈਂ ਦੋ ਚਾਰ ਗੱਲਾਂ ਦੱਸੂੰਗਾ ਜਿਹੜਾ ਦਾ ਤੁਸੀਂ ਖਿਆਲ ਰੱਖਣਾ ਆ, ਤਾਂ ਕਿ ਜੇ ਤੁਸੀਂ ਵਿਜ਼ਟ ਵੀਜ਼ੇ ਤੇ ਇੱਥੇ ਆਉਣਾ ਹੈ ਕੈਨੇਡਾ ਦੇ ਵਿੱਚ, ਤਾਂ ਤੁਹਾਨੂੰ ਜਿਹੜਾ ਆ LMIA ਦੀ ਜਿਹੜੇ ਆ ਉਹ ਤੁਹਾਨੂੰ ਕੋਈ ਨਾ ਕੋਈ ਜਿਹੜਾ ਓਨਰ ਲੱਭਣਾ ਪੈਣਾ ਆ ਜਿਹਦੇ ਕੋਲ LMIA ਜਿਹੜੀ ਆ ਮੌਜੂਦ ਹੈਗੀ ਆ, ਜਿਹਨੂੰ ਅਸੀਂ ਵਰਕ ਪਰਮਿਟ ਕਹਿੰਦੇ ਆ। ਤੇ ਬਹੁਤ ਸਾਰਿਆਂ ਨੂੰ ਇਹੀ ਨਹੀਂ ਪਤਾ ਹੈਗਾ ਕਿ ਜਿਹੜੇ LMIA ਵਰਕ ਪਰਮਿਟ ਆ ਉਹ ਸਾਨੂੰ ਮਿਲੂਗਾ ਕਿੱਥੋਂ ਤੇ ਕਿਹਦੇ ਕੋਲੋਂ ਹੈਗਾ ਆ, ਹਨਾ। ਇਹ ਈਜ਼ੀਲੀ ਸੌਖੇ ਸਵਾਲ ਹੁੰਦੇ ਆ ਜਿਹੜੇ ਜਦੋਂ ਅਸੀਂ ਨਵੇਂ ਨਵੇਂ ਆਉਂਦੇ ਹਾਂ ਕੈਨੇਡਾ ਦੇ ਵਿੱਚ, ਤੇ ਸਾਨੂੰ ਨਹੀਂ ਪਤਾ ਹੁੰਦਾ ਆ ਕਿਉਂਕਿ ਸਾਨੂੰ ਇਸ ਬਾਰੇ ਨੌਲੇਜ ਨਹੀਂ ਦੱਸਦੇ ਪੰਜਾਬ ਦੇ ਵਿੱਚ ਕੋਈ ਵੀ ਏਜੰਟ, ਨਾ ਹੀ ਉਹਨਾਂ ਨੂੰ ਵੀ ਬਹੁਤਾ ਪਤਾ ਹੁੰਦਾ ਆ। ਉਹ ਬਸ ਕੀ ਆਪਣੇ ਪੈਸੇ ਬਣਾਉਣ ਦੀ ਖਾਤਰ ਜਿਹੜਾ ਤੁਹਾਨੂੰ ਝੂਠੇ ਲਾਰੇ ਲਾ ਕੇ ਕੈਨੇਡਾ ਦੇ ਵਿੱਚ ਭੇਜ ਦਿੰਦੇ ਆ। ਸੋ ਆਪਾਂ ਜੇ ਗੱਲ ਕਰੀਏ LMIA ਦੀ, ਤਾਂ LMIA ਦੋਸਤੋ ਤੁਹਾਨੂੰ ਮਿਲਣੀ ਆ ਕਿਸੇ ਵੀ ਲਾ ਲਓ ਟਰੈਕਿੰਗ ਕੰਪਨੀ ਦੇ ਵਿੱਚ, ਕੰਸਟਰਕਸ਼ਨ ਕੰਪਨੀ ਦੇ ਵਿੱਚ, ਜਾਂ ਜਿਹਨਾਂ ਦੇ ਆਪਣੇ ਰੈਸਟੋਰੈਂਟ ਆ ਜਾਂ ਹੋਟਲ ਵਾ ਜਾਂ ਹੋਰ ਕੋਈ ਵੀ ਗਰੋਸਰੀ ਦੀ ਸ਼ੌਪ ਆ। ਗੱਲ ਕਰੀਏ ਜੇ ਅਸੀਂ ਕਿ ਜਿਹਨਾਂ ਦਾ ਆਪਣੇ ਬਿਜ਼ਨਸ ਜਿਹਨਾਂ ਕੋਲ ਕੈਨੇਡਾ ਦੇ ਵਿੱਚ ਹੈਗੇ ਆ, ਉਹਨਾਂ ਦੇ ਕੋਲ ਜਿਹੜਾ ਆ LMIA ਵਰਕ ਪਰਮਿਟ ਜਿਹੜੇ ਆ ਅਵੇਲੇਬਲ ਹੁੰਦੇ ਆ ਹਰੇਕ ਕੈਟਾਗਰੀ ਦੇ ਵਿੱਚ। ਸੋ ਡਿਪੈਂਡ ਕਰਦਾ ਹੈ ਕਿ ਤੁਹਾਨੂੰ ਉਹ ਕਿੰਨੇ ਪ੍ਰਾਈਸ ਲਾਉਂਦਾ ਹੈ LMIA ਦੀ, ਕਿਉਂਕਿ ਗੌਰਮੈਂਟ ਵੱਲੋਂ ਤਾਂ ਫੀਸ ਜੇ ਕੈਨੇਡਾ ਦੇ ਵਿੱਚ ਮੈਂ ਸੱਚਾਈ ਦੱਸਾਂ ਜੋ ਕੋਈ ਨਹੀਂ ਦੱਸਦਾ ਹੈਗਾ, ਅਤੇ ਜਿਹੜੀ ਆ $1,000 to $1,500 $2,000 ਫੀਸ ਆ ਸਾਰੀ ਲੋਇਰ ਦੀ ਵਿੱਚ ਹੀ ਹੁੰਦੀ ਆ, ਅਤੇ ਜਿਹਨੇ ਪ੍ਰੋਸੀਜਰ ਤੁਹਾਡਾ ਚਲਾਉਣਾ ਸਾਰਾ ਅਤੇ ਵਿੱਚ ਹੀ ਗੌਰਮੈਂਟ ਦੀ ਫੀਸ ਹੁੰਦੀ ਆ ਥੋੜ੍ਹੀ। ਅਤੇ ਜੇ ਅਸੀਂ ਗੱਲ ਕਰੀਏ LMIA ਵਰਕ ਪਰਮਿਟ ਦੇ, ਉੱਥੇ ਤਾਂ ਇੰਡੀਆ ਦੇ ਵਿੱਚ ਵੀ ਤਾਂ ਇੱਥੋਂ ਵੀ ਜਿਹੜਾ 40-40, 50-50 lakh ਰੁਪਇਆ ਜਿਹੜਾ ਤੁਹਾਡੇ ਕੋਲੋਂ ਮੰਗੀ ਜਾਂਦੇ ਆ। ਬਾਕੀ ਘਬਰਾਉਣ ਦੀ ਕੋਈ ਲੋੜ ਨਹੀਂ ਹੁੰਦੀ ਆ, ਵਿਜ਼ਿਟ ਵੀਜ਼ੇ ਤੋਂ LMIA ਜਿਹੜਾ ਪ੍ਰੋਸੈਸ ਹੁੰਦਾ ਕਨਵਰਟ ਕਰਾਉਣ ਦਾ ਉਹ ਬਹੁਤ ਸੌਖਾ ਹੁੰਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਆ। ਅਤੇ ਦੂਜਾ ਸਟੈਪ ਹੁੰਦਾ ਇਹਦੇ ਵਿੱਚ ਦੋਸਤੋ, ਜੇ ਤੁਹਾਨੂੰ LMIA ਵਰਕ ਪਰਮਿਟ ਤੁਸੀਂ ਲੈ ਲੈਂਦੇ ਆ ਕਿਸੇ ਨੂੰ, ਕਿਸੇ ਦੇ ਕੋਲੋਂ ਖਰੀਦ ਲੈਂਦੇ ਆ ਜਾਂ ਫਰੀ ਵੀ ਮਿਲ ਜਾਂਦਾ ਆ, ਅਤੇ ਉਹ ਵੀ ਆਪਾਂ ਗੱਲ ਕਰਾਂਗੇ ਤੁਸੀਂ ਇੱਥੋਂ ਫਰੀ ਜਿਹੜਾ ਵਰਕ ਪਰਮਿਟ ਆ ਉਹ ਕਿੱਦਾਂ ਲੈ ਸਕਦੇ ਹਾਂ। ਸੋ ਜੇ ਆਪਾਂ ਗੱਲ ਕਰੀਏ ਜੇ ਵਰਕ ਪਰਮਿਟ ਦੇ, ਉਸ ਤੋਂ ਬਾਅਦ ਜਿਹੜਾ ਆ ਤੁਹਾਡਾ ਲੋਇਰ ਜਿਹੜਾ ਆ ਅਪਲਾਈ ਕਰਦਾ ਤੁਹਾਡਾ ਵਰਕ ਪਰਮਿਟ ਵਿਜ਼ਿਟ ਵਿਜ਼ਿਟ ਕਨਵਰਟ ਕਰਾਉਣ ਦੇ ਵਿੱਚ, ਫਿਰ ਹੋ ਸਕਦਾ ਕਿ ਤੁਹਾਡਾ ਜਿਹੜਾ ਇਹ ਵਰਕ ਪਰਮਿਟ ਆ ਕਨਵਰਟ ਕਰਾਉਣ ਦੇ ਲਈ ਤੁਹਾਨੂੰ ਇੱਥੇ ਬਾਰਡਰ 'ਤੇ ਵੀ ਜਾਣਾ ਪਵੇ ਜਾਂ ਫਿਰ ਔਨਲਾਈਨ ਵੀ ਜਿਹੜਾ ਆ ਪ੍ਰੋਸੀਜਰ ਇਹ ਤੁਹਾਡਾ ਹੋ ਸਕਦਾ ਆ। ਇਹ ਡਿਪੈਂਡ ਕਰਦਾ ਆ ਜਿਹਨੇ ਤੁਹਾਡੀ ਮੂਹਰੇ ਫਾਈਲ ਚੱਕਣੀ ਆਫਿਸਰ ਨੂੰ, ਉਹ ਕੀ ਤੁਹਾਨੂੰ ਮੇਲ ਕਰਦਾ ਆ ਜਿਹਦੇ ਨਾਲ ਕਿ ਤੁਹਾਨੂੰ ਉਹ ਫਿਰ ਉਸ ਤਰ੍ਹਾਂ ਜਿਹੜੇ ਸਟੈਪ ਫੋਲੋ ਕਰਨੇ ਪੈਂਦੇ ਆ। ਸੋ ਜੇ ਮੈਂ ਗੱਲ ਕਰਾਂ ਫਰੀ LMIA ਦੀ ਇੱਥੇ ਕੈਨੇਡਾ ਦੇ ਵਿੱਚ, ਤਾਂ ਬਹੁਤ ਸਾਰੀਆਂ LMIA ਹੈਗੀਆਂ ਜਿਹੜੇ ਫਰੀ ਵੀ ਦੇ ਦਿੰਦੇ ਆ, ਕਿ ਉਹ ਤੁਹਾਨੂੰ ਉਹ ਪਹਿਲਾਂ ਸ਼ਰਤ ਲਾਉਂਦੇ ਕਿ ਤੁਹਾਨੂੰ ਜਿਹੜਾ 2 ਸਾਲ ਵਾ ਉਹਨਾਂ ਦੇ ਨਾਲ ਹੀ ਕੰਮ ਕਰਨਾ ਪੈਣਾ ਆ। ਇਹ ਮਾੜੀ ਗੱਲ ਵੀ ਹੈ ਨਹੀਂ, ਚੰਗੀ ਗੱਲ ਵਾ ਇੱਕ, ਜੇ ਤੁਸੀਂ ਟੇਕੇ ਕੰਮ ਕਿਸੇ ਨਾਲ ਕਰਦੇ ਆ ਤਾਂ ਉਹ ਅਗਲੀ ਵਾਰ ਨੂੰ ਵੀ ਤੁਹਾਨੂੰ ਫਰੀ LMIA ਦੇ ਦਿੰਦਾ ਆ। ਤੁਹਾਨੂੰ ਜਸਟ ਜਿਹੜਾ ਤੁਸੀਂ ਜੇ ਵਿਜ਼ਿਟ ਵਿਜ਼ਿਟ ਇੱਥੇ ਆਉਂਦੇ 20-25 ਹਜ਼ਾਰ ਦੇ ਵਿੱਚ, ਹਨਾ, ਇੰਡੀਆ ਤੋਂ ਕਈ ਆਉਂਦੇ ਆ ਖਰਚੇ ਇੱਕ ਨੰਬਰ ਦੇ ਵਿੱਚ, ਅਤੇ ਉਹਨਾਂ ਦਾ ਖਰਚਾ ਬਹੁਤ ਘੱਟ ਹੁੰਦਾ, ਅਤੇ ਇੱਥੇ ਆ ਕੇ ਵੀ ਉਹਨਾਂ ਨੂੰ ਜਿਹੜਾ ਆ ਫਰੀ ਵਰਕ ਪਰਮਿਟ ਮਿਲ ਜਾਂਦਾ ਆ। ਪਰ ਗੱਲ ਇਹ ਆ ਕਿ ਤੁਸੀਂ ਫਿਰ ਇੱਥੇ ਇੰਡੀਆ ਪੰਜਾਬ ਦੇ ਵਿੱਚ ਏਜੰਟਾਂ ਦੇ ਗੱਲਾਂ ਦੇ ਵਿੱਚ ਨਾ ਆਓ, ਤੁਸੀਂ ਇੱਥੇ ਜੇ ਵਿਜ਼ਿਟ ਵਿਜ਼ਿਟ ਆਉਂਦੇ ਆ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ। 2-4 ਮਹੀਨੇ ਦੇ ਵਿੱਚ ਜਿਹੜਾ ਤੁਹਾਡਾ ਵਰਕ ਪਰਮਿਟ ਆ ਉਹ ਈਜ਼ੀਲੀ ਜਿਹੜਾ ਆ ਵਧੀਆ ਤੁਹਾਡਾ ਪ੍ਰੋਸੈਸ ਸਾਰਾ ਮਿਲ ਜਾਂਦਾ ਆ, ਅਤੇ ਤੁਸੀਂ ਜਿਹੜਾ ਵਿਜ਼ਿਟ ਵੀਜ਼ਾ ਆ ਆਪਣਾ ਕਨਵਰਟ ਕਰਾ ਸਕਦੇ ਆ। ਸੋ ਇਹ ਗੱਲਾਂ ਦਾ ਧਿਆਨ ਰੱਖੋ। ਬਾਕੀ ਦੂਜੀ ਗੱਲ ਇਹ ਆ ਕਿ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਆਉਣਾ ਆ, ਤੁਸੀਂ ਵਿਜ਼ਿਟ ਵੀਜ਼ੇ 'ਤੇ ਕੰਮ ਤਾਂ ਨਹੀਂ ਕਰ ਸਕਦੇ, ਬਟ ਇਹ ਜ਼ਰੂਰ ਦੇਖ ਸਕਦੇ ਹਾਂ ਕਿ ਮੈਨੂੰ ਕਿਹੜੀ ਕੈਟਾਗਰੀ ਦੇ ਵਿੱਚ ਮੈਂ ਸੈਟਲ ਰਹਿੰਦਾ ਹਾਂ। ਕਈ ਵੀਰ ਹੈਗੇ ਆ ਕੰਸਟਰਕਸ਼ਨ ਜ਼ੋਨ ਦੇ ਵਿੱਚ ਭਾਰਾ ਕੰਮ ਹੁੰਦਾ ਅਤੇ ਉਹ ਨਹੀਂ ਕਰ ਸਕਦੇ, ਹੈ ਨਾ, ਇੰਨਾ ਭਾਰਾ ਕੰਮ 'ਤੇ ਉਹ ਬਦਲਣਾ ਚਾਹੁੰਦੇ ਆ। ਸੋ ਇੱਦਾਂ ਦੀਆਂ 2-4 ਕੈਟਾਗਰੀਆਂ ਦੇਖ ਕੇ ਤੁਸੀਂ ਜਿਹੜਾ ਆਪਣਾ ਵਰਕ ਪਰਮਿਟ ਅਪਲਾਈ ਕਰ ਸਕਦੇ ਹਾਂ। ਸੋ ਇਹ ਹੁੰਦਾ ਜੀ ਵਰਕ ਪਰਮਿਟ ਜਦੋਂ ਤੁਸੀਂ ਵਿਜ਼ਿਟ ਵੀਜ਼ੇ ਤੋਂ ਇੰਡੀਆ ਤੋਂ ਆਉਣਾ ਅਤੇ ਕੈਨੇਡਾ ਦੇ ਵਿੱਚ, ਤੁਸੀਂ ਆਰਾਮ ਨਾਲ ਆਪਣਾ ਜਿਹੜਾ ਆ ਕਿਸੇ ਵੀ ਤਰ੍ਹਾਂ ਦਾ ਜਿਹੜਾ ਵਰਕ ਪਰਮਿਟ ਆ ਉਹ ਲੈ ਸਕਦੇ ਹਾਂ। ਜੇ ਤੁਸੀਂ ਟਰੈਕਿੰਗ ਕਰਨਾ ਚਾਹੁੰਦੇ ਇੰਡੀਆ ਦੇ ਵਿੱਚ ਵੀ ਟਰੱਕ ਚਲਾਉਣੇ ਜਾਂ ਡਬਈ ਤੋਂ ਆਉਣਾ ਜਾਂ ਕਿਸੇ ਵੀ ਕੰਟਰੀ ਤੋਂ ਆਉਣਾ, ਅਤੇ ਇੱਥੇ ਆ ਕੇ ਜਿਹੜਾ ਆ ਟਰੱਕ ਦੀ ਵੀ ਤੁਸੀਂ LMIA ਆਰਾਮ ਦੇ ਨਾਲ ਲੈ ਸਕਦੇ। ਇੱਥੇ ਬਹੁਤ ਸਾਰੇ ਆਪਣੇ ਪੰਜਾਬੀ ਵੀਰਾਂ ਦੀਆਂ ਕੰਪਨੀਆਂ ਹੈਗੀਆਂ ਆ ਜਿਹਦੇ ਵਿੱਚ LMIA ਉਹਨਾਂ ਕੋਲ ਮੌਜੂਦ ਹੁੰਦੀਆਂ। ਇਹ ਡਿਪੈਂਡ ਕਰਦਾ ਕਿ ਉਹ ਤੁਹਾਡੇ ਕੋਲੋਂ ਕਿੰਨੇ ਪੈਸੇ ਮੰਗਦਾ ਆ, ਅਤੇ ਬਾਕੀ ਜੇ ਤੁਹਾਡਾ ਕੋਈ ਜਾਣਕਾਰ ਇੱਥੇ ਹੈਗਾ ਤਾਂ ਵਧੀਆ ਗੱਲ ਆ, ਤੁਹਾਨੂੰ ਕਈ ਵਾਰ ਫਰੀ ਵੀ ਲੈ ਰਹਿੰਦਾ ਜਿੱਦਾਂ ਮੈਂ ਤੁਹਾਨੂੰ ਦੱਸਿਆ। ਡਿਪੈਂਡ ਕਰਦਾ ਇੱਥੇ, ਕੋਈ ਵੀ ਇੱਦਾਂ ਨਹੀਂ ਹੈਗਾ ਕਿ LMIA ਦਾ ਪ੍ਰਾਈਸ ਕਿੰਨਾ ਹੈ ਨਾ। ਸੋ ਇਹ ਗੱਲਾਂ ਹੋ ਗਈਆਂ ਜੀ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਆ ਜਾਣਾ ਵਿਜ਼ਿਟ ਵੀਜ਼ੇ 'ਤੇ, ਤਾਂ ਤੁਸੀਂ ਆਪਣਾ ਸੋਚ ਸਮਝ ਕੇ ਜਿਹੜਾ ਆ ਫੈਸਲਾ ਲਓ ਪਹਿਲਾਂ ਵੀ ਮੈਂ ਕੰਮ ਕਰਨਾ ਕਿਹੜਾ ਹੈ। ਟਿਕ ਕੇ ਕੰਮ ਕਰੋ, ਸਿੱਖ ਕੇ ਕੰਮ ਕਰੋ, ਤਾਂ ਜੋ ਤੁਸੀਂ ਆਉਣ ਵਾਲੇ ਫਿਊਚਰ ਜਿਹੜਾ ਆਪਣਾ ਵੀ ਕੰਮ ਉਸ ਵੱਲ ਧਿਆਨ ਦੇ ਸਕੋ ਖੋਲ੍ਹਣ ਦੇ ਵਿੱਚ, ਹੈ ਨਾ। ਸੋ ਉਮੀਦ ਕਰਦਾ ਕਿ ਤੁਹਾਨੂੰ ਦੋਸਤੋ ਇਹ ਨੌਲੇਜ ਵਧੀਆ ਲੱਗੀ ਹੋਊਗੀ। ਤਾਂ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।